ਹਾਂਜੀ ਜੀ ਵੀਰੇ ਕਿ ਤੁਹਾਨੂੰ ਪਤਾ ਆਈਫੋਨ ਦੀ ਸਿਕਿਉਰਿਟੀ ਬਹੁਤ ਗੁੱਡ ਹੈ ਜੇ ਤੁਸੀਂ ਅਪ ਟੂ ਡੇਟ ਆਪਣਾ ਫੋਨ ਰੱਖਦੇ ਹੋ ਬਟ ਜੇ ਫੇਰ ਵੀ ਤੁਹਾਨੂੰ ਲੱਗੇ ਤੁਹਾਡਾ ਫੋਨ ਹੈਕ ਹੋ ਚੁੱਕਾ ਹੈ ਤੁਹਾਡੀ ਪਰਸਨਲ ਇਨਫੋਰਮੇਸ਼ਨ ਕਿਸ ਤੋ ਹੈਗੀ ਹੈ ਤੁਸੀਂ ਉਹਨੂੰ ਐਮਰਜੈਂਸੀ ਰੀਸੈਟ ਕਰ ਸਕਦੇ ਹੋ ਆਓ ਜੀ ਦੱਸੀਏ ਕਿਵੇਂ ਜੇ ਤੁਸੀਂ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਫੋਲੋ ਨਹੀਂ ਕੀਤਾ 99% ਚਾਂਸਸ ਹੈ ਕਿ ਤੁਸੀਂ ਇਹ ਮੇਰੀ ਵੀਡੀਓ ਦੁਬਾਰਾ ਨਹੀਂ ਦੇਖੋਗੇ ਸੋ ਤੁਸੀਂ ਉਹਨੂੰ ਜਾ ਕੇ ਲਾਈਕ ਸ਼ੇਅਰ ਫੋਲੋ ਕਰ ਲਓ ਜੀ ਬਾਕੀ ਆਪਣਾ YouTube ਦਾ ਲਿੰਕ ਜਿਹੜਾ ਪ੍ਰੋਫਾਈਲ ਦੇ ਵਿੱਚ ਆਇਆ ਤੇ ਉਹਨੂੰ ਜਾ ਕੇ ਸਬਸਕ੍ਰਾਈਬ ਕਰ ਸਕਦੇ ਹੋ ਫਾਰ ਮੋਰ ਇਨਫੋਰਮੇਸ਼ਨਸ ਸੋ ਤੁਸੀਂ ਆਪਣੀ ਸੈਟਿੰਗਸ ਦੇ ਵਿੱਚ ਜਾਉਂਗੇ ਸੈਟਿੰਗਸ ਦੇ ਵਿੱਚ ਜਾ ਕੇ ਤੁਸੀਂ ਜਾਉਂਗੇ ਜੀ ਪ੍ਰਾਈਵੇਸੀ ਐਂਡ ਸਿਕਿਉਰਿਟੀ ਦੇ ਵਿੱਚ ਪ੍ਰਾਈਵੇਸੀ ਐਂਡ ਸਿਕਿਉਰਿਟੀ ਦੇ ਵਿੱਚ ਤੁਸੀਂ ਜਾ ਕੇ ਜਾਉਂਗੇ ਜੀ ਸੇਫਟੀ ਚੈੱਕ ਦੇ ਵਿੱਚ ਜੇ ਤੁਹਾਨੂੰ ਬਹੁਤ ਹੀ ਜ਼ਿਆਦਾ ਐਮਰਜੈਂਸੀ ਪੈ ਜਾਂਦੀ ਹੈ ਤੁਹਾਨੂੰ ਲੱਗਦਾ ਕਿ ਤੁਹਾਡਾ ਐਕਸੈਸ ਕੁਸ਼ਿਦਾ ਦੇ ਲੋਕਾਂ ਕੋਲ ਹੈਗਾ ਤੁਹਾਡੇ ਫੋਨ ਦਾ ਜਾਂ ਫੋਟੋਜ਼ ਦਾ ਜਾਂ ਤੁਹਾਡੀ ਐਪਲ ਆਈਡੀ ਦਾ ਸੋ ਤੁਸੀਂ ਇਹਨੂੰ ਐਮਰਜੈਂਸੀ ਰੀਸੈਟ ਕਰ ਸਕਦੇ ਹੋ ਤੇ ਆਪਣੀ ਜਿਹੜੀ ਆਈਡੀ ਆ ਆਈਡੀ ਚੇਂਜ ਕਰ ਸਕਦੇ ਹੋ ਬਾਕੀ ਸਾਰਾ ਕੁਝ ਇੱਥੇ ਲਿਖਿਆ ਹੋਇਆ ਜੀ ਤੁਹਾਨੂੰ ਲੱਗੇਗੀ ਤੁਹਾਡਾ ਕੋਈ ਪਰਸਨਲ ਚੀਜ਼ ਕੋਈ ਵੀ ਐਕਸੈਸ ਕਰ ਸਕਦਾ ਕੰਟੈਕਟਸ ਫੋਟੋਸ ਐਪਲ ਆਈਡੀ ਤੁਹਾਡੀ ਉਹਦੇ ਕੋਲ ਹੈਗੀ ਆ ਸੋ ਤੁਸੀਂ ਆ ਐਵੇਂ ਐਮਰਜੈਂਸੀ ਰੀਸੈਟ ਤੋਂ ਕਰ ਸਕਦੇ ਹੋ ਠੀਕ ਆ ਜੀ ਇਹ ਐਮਰਜੈਂਸੀ ਰੀਸੈਟ ਜੇ ਤੁਹਾਨੂੰ ਪੱਕਾ ਸ਼ੋਰਟੀ ਹੈ ਕਿ ਕੋਈ ਤੁਹਾਡਾ ਫੋਨ ਯੂਜ਼ ਕਰ ਰਿਹਾ ਹੈ ਤੁਹਾਡੀ ਪਰਸਨਲ ਇਨਫੋਰਮੇਸ਼ਨ ਨੂੰ ਹੈਕ ਕੀਤਾ ਹੋਇਆ ਆ ਜਦੋਂ ਤੋਂ ਸਾਡੀ ਸਾਰੀ ਪਰਸਨਲ ਇਨਫੋਰਮੇਸ਼ਨ ਆ ਗਈ ਹੈ ਫੇਰ ਹੀ ਤੁਸੀਂ ਇਹ ਅਮਰਜੈਂਸੀ ਰੀਸੈਟ ਨੂੰ ਕਰਨਾ ਜੇ ਤੁਹਾਨੂੰ ਲੱਗਦਾ ਕਿ ਤੁਹਾਡੀ ਕੋਈ ਇਨਫੋਰਮੇਸ਼ਨ ਕਿਸੇ ਨਾਲ ਸ਼ੇਅਰ ਹੋ ਰਹੀ ਹੈ ਤੁਸੀਂ ਇਹ ਤੋਂ ਮੈਨੇਜ ਕਰ ਸਕਦੇ ਹੋ ਮੈਨੇਜ ਸ਼ੇਅਰਿੰਗ ਐਡ ਐਸਐਸ ਤੇ ਜਾ ਕੇ ਜਿਵੇਂ ਕਿ ਦੇਖ ਸਕਦੇ ਜਿੱਥੇ ਤੁਸੀਂ ਮੈਨੇਜ ਕਰ ਸਕਦੇ ਹੋ ਕਿ ਤੁਹਾਡੇ ਲੋਕੇਸ਼ਨ ਜਾਂ ਫੋਟੋਸ ਤਾਂ ਨਹੀਂ ਕਿਸੇ ਨਾਲ ਸ਼ੇਅਰ ਹੋ ਰਹੀਆਂ ਜਾਂ ਤੁਹਾਡਾ ਕੋਈ ਐਪ ਤਾਂ ਨਹੀਂ ਕਿਸੇ ਨੇ ਤੁਹੀਂ ਐਸਐਸ ਕੀਤਾ ਹੋਇਆ ਤੁਹਾਡਾ ਤੁ ਤੁਸੀਂ ਸਾਰਾ ਕੁਝ ਚੈੱਕ ਕਰ ਸਕਦੇ ਹੋ ਸੋ so, that the whole tips tricks videos ਲਈ ਲਾਈਕ ਸ਼ੇਅਰ ਫੋਲੋ ਜਰੂਰ ਕਰਦੇ ਹੋਈ ਤੇ ਆਪਣੇ ਭਰਾ ਦੇ YouTube ਦੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਲਿੰਕ ਪ੍ਰੋਫਾਈਲ ਦੇ ਵਿੱਚ ਆਈ థాంਕ ਯੂ so much